ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਬੜੀ ਖੁਸ਼ੀ ਹੈ ਕਿ ਇੱਕ ਹੋਰ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੁਣ ਜਾ ਰਿਹਾ ਤੇ ਭਾਰਤ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ ਤੇ ਅੱਜ ਉਹਦਾ ਸਾਰੇ ਜਿਹੜੇ ਵਰਲਡ ਕੱਪ ਦੇ ਮੈਚਸ ਹੋਣੇ ਉਹਨਾਂ ਦਾ ਸਕੈਜੂਲ ਆਇਆ ਤੇ ਜਿੱਥੇ ਖੁਸ਼ੀ ਹੈ ਉੱਥੇ ਬੜਾ ਇੱਕ ਕਹਿ ਲਓ ਬੜੇ ਮੰਦਭਾਗਾ ਵੀ ਲੱਗਿਆ ਕਿ ਉਹ ਸਟੇਡੀਅਮ ਉਹ ਸੂਬਾ ਜਿਹਨੇ ਬਹੁਤ ਵੱਡੇ ਵੱਡੇ ਇਸ ਦੇਸ਼ ਨੂੰ ਖਿਡਾਰੀ ਦਿੱਤੇ ਸਾਡਾ ਮੋਹਾਲੀ ਦਾ ਸਟੇਡੀਅਮ ਜਿਹੜਾ ਭਾਰਤ ਦੇ ਪਹਿਲੇ 5 ਸਟੇਡੀਅਮਾਂ ਦੇ ਵਿੱਚ ਆਉਂਦਾ ਉਹਨੂੰ ਕੋਈ ਮੈਚ ਹੀ ਨਹੀਂ ਜਿਹੜਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਜਦੋਂ ਵਰਲਡ ਕੱਪ ਭਾਰਤ ਦੇ ਵਿੱਚ ਹੋਏ ਤਾਂ 96 ਦੇ ਵਰਲਡ ਕੱਪ ਦਾ ਸੈਮੀਫਾਈਨਲ ਮੋਹਾਲੀ ਚ ਹੋਇਆ, 2011 ਦੇ ਵਰਲਡ ਕੱਪ ਦਾ ਸੈਮੀਫਾਈਨਲ ਮੋਹਾਲੀ ਚ ਹੋਇਆ ਤੇ ਐਤਕੀ ਸੈਮੀਫਾਈਨਲ ਕੀ ਇੱਕੋ ਹੀ ਮੈਚ ਜਿਹੜਾ ਪੰਜਾਬ ਨੂੰ ਜਿਹੜਾ ਮੋਹਾਲੀ ਨੂੰ ਹੋਸਟ ਕਰਨ ਦਾ ਜਿਹੜਾ ਮੌਕਾ ਨਹੀਂ ਦਿੱਤਾ ਗਿਆ ਤੇ ਉਹਦੇ ਨਾਲ ਨਾਲ ਨਰਿੰਦਰ ਮੋਦੀ ਜਿਹੜੇ ਸਟੇਡੀਅਮ ਅਹਿਮਦਾਬਾਦ ਉਹਦੇ ਚ ਤੁਸੀਂ ਪਹਿਲਾ ਮੈਚ ਵੀ ਕਰਵਾ ਰਹੇ ਹੋ, ਓਪਨਿੰਗ ਵੀ ਉੱਥੋਂ ਹੋ ਰਹੀ ਹੈ, ਇੰਡੀਆ ਪਾਕਿਸਤਾਨ ਦਾ ਜਿਹੜਾ ਵੱਡਾ ਮੈਚ ਆ ਉਹ ਵੀ ਉੱਥੇ ਹੋ ਰਿਹਾ ਤੇ ਜਿਹੜਾ ਫਾਈਨਲ ਵੀ ਉਸੇ ਸਟੇਡੀਅਮ ਜਿਹੜਾ ਕਰਵਾਇਆ ਜਾ ਰਿਹਾ ਤੇ ਸਾਡਾ ਜਿਹੜਾ ਗਵਾਂਢੀ ਸੂਬਾ ਹਿਮਾਚਲ ਉੱਥੇ ਤੁਸੀਂ ਇੱਕੋ ਸਟੇਡੀਅਮ ਦੇ ਵਿੱਚ ਜਿਹੜਾ ਤੁਸੀਂ ਕੰਪੈਰੀਜ਼ਨ ਕਰਨਾ ਹੋਵੇ ਮੋਹਾਲੀ ਤੇ ਉੱਥੋਂ ਦੇ ਸਟੇਡੀਅਮ ਦਾ ਤੇ ਸਾਡੇ ਸਟੇਡੀਅਮ ਦੀ ਗ੍ਰੇਡੇਸ਼ਨ ਉਹ ਕਿਤੇ ਉੱਪਰ ਹੈ ਤੇ ਉਹਨੂੰ ਵੀ ਤੁਸੀਂ ਜਿਹੜੇ 5 ਮੈਚ ਦੇ ਰਹੇ ਹੋ ਤੇ ਪੰਜਾਬ ਨੂੰ ਇੱਕ ਵੀ। ਸੋ ਇਹ ਬਿਲਕੁਲ ਸਾਫ਼ ਹੈ ਕਿ ਜੇ ਅਹਿਮਦਾਬਾਦ ਨੂੰ 3 ਵੱਡੇ ਮੈਚ ਜੇ ਉੱਥੇ ਹੋ ਰਹੇ ਆ ਤਾਂ ਇੱਕੋ ਇੱਕ ਕਾਰਨ ਹੈ ਕਿ ਪੋਲੀਟੀਕਲ ਕਿ ਪੰਜਾਬ ਨਾਲ ਹਰ ਜਗ੍ਹਾ ਤੇ ਜਿਹੜਾ ਵਿਤਕਰਾ ਕੀਤਾ ਜਾਂਦਾ ਇਸੇ ਕਰਕੇ ਮੋਹਾਲੀ ਜਿਹੜਾ ਦੁਨੀਆਂ ਦੇ ਟੌਪ ਦੇ ਸਟੇਡੀਅਮ ਦੇ ਵਿੱਚ ਹੈ ਉਹਨੂੰ ਮੈਚ ਦਿੱਤਾ ਗਿਆ। ਹਾਲਾਂਕਿ ਤੁਸੀਂ ਦੇਖੋ ਕਿ ਸਾਡੇ ਮੋਹਾਲੀ ਦੇ ਨਾਲ ਇੰਟਰਨੈਸ਼ਨਲ ਏਅਰਪੋਰਟ ਹੈ ਉੱਥੇ 5 ਸਟਾਰ ਹੋਟਲ ਨੇ, ਜੇ ਇੱਥੇ ਮੈਚ ਹੁੰਦਾ ਤਾਂ ਦੂਰੋਂ ਦੂਰੋਂ ਜਿਹੜੇ ਦੁਨੀਆਂ ਦੇ ਕੋਨਿਆਂ ਤੋਂ ਇੱਥੇ ਜਿਹੜੇ ਟੂਰਿਸਟ ਆਉਣੇ ਸੀ ਲੋਕ ਆਉਣੇ ਸੀ ਦੇਖਣ ਵਾਲੇ, ਹੈ ਨਾ, ਪੋਜ਼ਿਟਿਵਿਟੀ ਸੂਬੇ ਦੇ ਵਿੱਚ ਆਉਂਦੀ, ਟੂਰਿਜ਼ਮ ਇੱਥੇ ਵੱਧਦਾ, ਸੂਬਾ ਤਰੱਕੀ ਕਰਦਾ। ਪਰ ਨਾ, ਕਿਉਂਕਿ ਲਗਾਤਾਰ ਹਰ ਚੀਜ਼ ਚ ਪੰਜਾਬ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਉਸੇ ਦੇ ਚੱਲਦੇ ਪੋਲੀਟੀਕਲ ਇੰਟਰਫੇਰੈਂਸ ਨਾਲ ਸਾਨੂੰ ਸਭ ਨੂੰ ਪਤਾ ਵੀ BCCI ਦੇ ਪ੍ਰਧਾਨ ਕੌਣ ਨੇ, ਕਿਹੜੇ ਲੋਕਾਂ ਦੇ ਇੰਟਰਫੇਰੈਂਸ ਦੇ ਨਾਲ ਹੋਇਆ। ਕਿਉਂਕਿ ਜੇ ਨਰਿੰਦਰ ਮੋਦੀ ਜੀ ਵਾਲੇ ਸਟੇਡੀਅਮ ਵੱਡੇ ਮੈਚ ਸਾਰੇ ਮਿਲ ਰਹੇ ਆ, ਗੁਜਰਾਤ ਚ ਸਾਰੇ ਵੱਡੇ ਮੈਚ ਹੋ ਰਹੇ ਆ, ਤਾਂ ਇਹਦਾ ਇੱਕੋ ਕਾਰਨ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਦੇ ਨਾਲ ਕੀਤਾ ਗਿਆ ਤੇ ਪੰਜਾਬ ਨਾਲ ਵਿਤਕਰੇ ਵਾਲੀ ਭਾਸ਼ਾ ਦੇ ਮਤਲਬ ਕਿ ਭਾਵਨਾ ਦੇ ਨਾਲ ਇੱਕ ਵੀ ਜਿਹੜਾ ਮੈਚ ਹੈ ਉਹ ਦਿੱਤਾ ਗਿਆ। ਸੋ ਅਸੀਂ ਬੜਾ ਮੰਦਭਾਗ ਹੈ ਇਹਦੀ ਜਿਹੜੀ ਨਿੰਦਾ ਕਰਦੇ ਹਾਂ ਸਖ਼ਤ ਸ਼ਬਦਾਂ ਚ ਤੇ ਅਫੀਸ਼ਲੀ ਵੀ ਅਸੀਂ ਇਹ ਮੁੱਦਾ ਜਿਹੜਾ ਜਿਹੜੀ ਪੰਜਾਬ ਸਰਕਾਰ ਹੈ ਮਾਨ ਸਾਹਿਬ ਦੀ ਅਗਵਾਈ ਚ ਅਸੀਂ BCCI ਕੋਲ ਜਿਹੜਾ ਇਹਨੂੰ ਉਠਾਵਾਂਗੇ।